ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਵਿੱਚ ਜ਼ਿਆਦਾਤਰ ਘਟਨਾਵਾਂ ਛੋਟੀ ਬੱਚੀਆਂ ਨਾਲ ਹੋ ਰਹੀਆਂ ਨੇ। ਇਸ ਤੋਂ ਇਲਾਵਾ ਕੁਝ ਮਾਮਲੇ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਰਿਸ਼ਤੇਦਾਰ ਹੀ ਰਿਸ਼ਤਿਆਂ ਨੂੰ ਦਾਗਦਾਰ ਕਰਦੇ ਹਨ। ਰਿਸ਼ਤਿਆਂ ਨੂੰ ਦਾਗਦਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਖੰਨਾ ਦੇ ਦੁਰਾਹਾ 'ਚ, ਜਿੱਥੇ ਭੂਆ ਦੇ ਲੜਕੇ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਹੀ ਮਾਮੇ ਦੀ 7 ਸਾਲਾ ਨਾਬਾਲਗਾ ਨਾਲ ਬਲਾਤਕਾਰ ਕੀਤਾ ਅਤੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਕਥਿਤ ਦੋਨੋਂ ਆਰੋਪੀ ਲੜਕੀ ਨੂੰ ਖਾਲੀ ਪਏ ਮਾਗਫੇੜ ਦੇ ਗੋਦਾਮ 'ਚ ਲੈ ਗਏ, ਜਿੱਥੇ ਉਹਨਾਂ ਲੜਕੀ ਨਾਲ ਦੁਸ਼ਕਰਮ ਕੀਤਾ ਅਤੇ ਗਲਾ ਦਬਾ ਕੇ ਉਸਦੀ ਹੱਤਿਆ ਕਰ ਦਿੱਤੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਲੜਕੀਆਂ ਨੇ ਦੱਸਿਆ ਕਿ ਖਾਲੀ ਪਏ ਗੋਦਾਮ 'ਚ ਕਿਸੇ ਬੱਚੀ ਦੀ ਲਾਸ਼ ਮਿਲੀ ਹੈ। ਯਾਨੀ ਬੱਚੀ ਹੋਣੀ 6-7 ਸਾਲ ਦੀ, ਉਹਦਾ ਯਾਨੀ ਕਿ ਡੈੱਡ ਬੋਡੀ ਦੇਖ ਕੇ ਐਂ ਲੱਗ ਰਿਹਾ ਸੀਗਾ ਵੀ ਉਹਦਾ ਬਲਾਤਕਾਰ ਹੋਇਆ ਹੈ, ਬਾਅਦ 'ਚੋਂ ਗਲਾ ਘੁੱਟ ਕੇ ਮਾਰੀ ਹੋਈ ਆ ਅਤੇ ਬਾਅਦ 'ਤੇ ਸਿਰ 'ਤੇ ਇੱਟ ਵੀ ਮਾਰੀ ਹੋਈ ਸੀ ਉਹਦੇ ਸਿਰ ਦੇ ਉੱਤੇ। ਕੀ ਹੈਗਾ, ਕੀ ਇੱਥੇ ਜਿਹੜੀ ਜਿੱਥੇ ਹੋਇਆ ਕੀ ਖੰਡਰ ਖੁੰਡਰ ਕੀ ਹੈ? ਇਹ ਵੀਰੇ ਮਾਰਕਫੈਡ ਵਾਲਿਆਂ ਦੇ ਖਾਲੀ ਗੋਦਾਮ ਨੇ। ਇੱਥੇ ਹੋਰ ਵੀ ਵਾਰਦਾਤਾਂ ਹੁੰਦੀਆਂ ਨੇ? ਨਹੀਂ ਵੀਰੇ, ਵਾਰਦਾਤ ਇੱਥੇ ਜਿਹੜੀ ਇਹ ਜਗ੍ਹਾ ਸੀਗੀ ਕਿਸੇ ਨੂੰ ਨਹੀਂ ਪਤਾ ਸੀ, ਤਾਂ ਆਪ ਪਹਿਲੀ ਵਾਰ ਦੇਖੀ ਹੈ ਜਗ੍ਹਾ ਵੀ ਇੱਥੇ ਐਂ ਕਰਕੇ ਅੰਦਰ ਕੋਈ ਜਗ੍ਹਾ ਵੀ ਨਹੀਂ। ਉਧਰ ਇਸ ਘਟਨਾ ਸੰਬੰਧੀ ਜਦ ਥਾਣਾ ਦੁਰਾਹਾ ਦੇ SHO ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰੋਪੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਤਲਾਸ਼ 'ਚ ਪੁਲਿਸ ਜੁਟੀ ਹੋਈ ਹੈ। ਇਹ ਦੋ ਅਕਿਊਜ਼ ਨੇ, ਵਿਨੋਦ ਅਤੇ ਇੱਕ ਰੋਹਿਤ ਕੁਮਾਰ। ਇਹਨਾਂ ਨੇ ਇੱਕ ਮਾਈਨਰ ਗਰਲ 17 ਸਾਲ ਦੀ ਨਿੱਕੂ ਕੁਮਾਰੀ, ਉਹਨੂੰ ਇੱਥੋਂ ਲਿਆ ਕੇ ਬਦਲਾ ਕੇ ਕਿਡਨੈਪ ਕਰਕੇ ਲਿਆ ਕੇ ਅਤੇ ਉਹਦੇ ਨਾਲ ਰੇਪ ਕੀਤਾ ਅਤੇ ਉਹਦਾ ਮਰਜ਼ ਕਰਤਾ ਅਤੇ ਖਰਚਾ ਅਸੀਂ ਦਰਜ ਕਰ ਲਿਆ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ। ਬਿਊਰੋ ਰਿਪੋਰਟ, ਲੁਧਿਆਣਾ ਬਿਊਰੋ।